ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੇ ਨਾਲ ਮੁੜ ਤੋਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਰਾਜਪਾਲ ਸਿੰਘ ਜੀ ਦੀ, ਜਿਹੜੇ ਕਿ ਮੂਡ ਡਿਸਆਰਡਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਏ ਹੋਏ ਨੇ। ਇੱਕ ਅਸੀਂ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਦਾ ਮੁੱਖ ਮਕਸਦ ਹੈ ਕਿ ਮਾਨਸਿਕ ਸਿਹਤ ਬਾਰੇ ਤੁਹਾਨੂੰ ਅਵੇਅਰ ਕਰਨਾ। ਇਸ ਬਾਰੇ ਬਹੁਤ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਸਾਰੇ ਸਰਕਲਸ ਦੇ ਵਿੱਚ, ਅਤੇ ਕਿਵੇਂ ਸਾਨੂੰ ਪਤਾ ਚੱਲ ਸਕੇ ਕਿ ਮਾਨਸਿਕ ਸਿਹਤ ਨੂੰ ਕਿਵੇਂ ਠੀਕ ਰੱਖਣਾ ਹੈ। ਇਸ ਦੇ ਫਲਸਰੂਪ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਫ਼ਤੇ ਤੁਹਾਡੇ ਨਾਲ ਅਸੀਂ ਸਾਂਝ ਪਾਇਆ ਕਰਾਂਗੇ, ਅਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਾਨਸਿਕ ਰੋਗਾਂ ਬਾਰੇ। ਮਾਨਸਿਕ ਰੋਗ ਹੈ ਕੀ ਨੇ, ਕਿਵੇਂ ਪਤਾ ਚੱਲੇ ਕਿ ਕਿਸੇ ਨੂੰ ਮਾਨਸਿਕ ਰੋਗ ਹੋ ਗਿਆ ਹੈ, ਅਤੇ ਜੇਕਰ ਪਤਾ ਚੱਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਹੜੇ ਸਟੈਪਸ ਲੈਣੇ ਚਾਹੀਦੇ ਨੇ ਜਿਸ ਨਾਲ ਕਿ ਅਸੀਂ ਕੋਈ ਨਾ ਕੋਈ ਯੋਗਦਾਨ ਪਾ ਸਕਦੇ ਹਾਂ ਅਤੇ ਉਸ ਵਿਅਕਤੀ ਨੂੰ ਕੁਛ ਨਾ ਕੁਛ ਬੈਨੀਫਿਟ ਦੇ ਸਕਦੇ ਹਾਂ। ਇਸ ਸੰਬੰਧ ਵਿੱਚ ਆਓ ਗੱਲਬਾਤ ਕਰਦੇ ਹਾਂ ਡਾਕਟਰ ਰਾਜਪਾਲ ਸਿੰਘ ਨਾਲ। ਜੀ ਹਾਂ ਜੀ ਡਾਕਟਰ ਸਾਹਿਬ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਸਾਨੂੰ ਇਨਵਾਈਟ ਕਰਨ ਵਾਸਤੇ। ਜੀ ਹਾਂ ਜੀ, ਮੂਡ ਡਿਸਆਰਡਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਜੋ ਤੁਹਾਡੀ ਹੈਗੀ, ਉਸ ਵਿੱਚ ਤੁਸੀਂ ਕੰਮ ਕਰਕੇ ਇਹ ਸਾਰਾ ਮੈਸੇਜ ਦੇ ਰਹੇ ਹੈਗੇ ਹੋ। ਹਾਂਜੀ, ਮਾਨਸਿਕ ਰੋਗ ਦੀ ਜਦ ਗੱਲ ਆਉਂਦੀ ਹੈ ਤਾਂ ਕੀ ਇਸ ਬਾਰੇ ਕੋਈ ਸਾਡੇ ਕੋਲ ਅੰਕੜੇ ਨੇ ਸਰਕਾਰੀ ਪੱਧਰ ਦੇ ਉੱਤੇ ਕਿ BC ਦੇ ਵਿੱਚ ਜਾਂ ਕੈਨੇਡਾ ਵਿੱਚ ਇਹ ਕਿੰਨੀ ਕੋਈ ਸਿਚੁਏਸ਼ਨ ਗ੍ਰੇਵ ਹੈਗੀ ਜੀ? ਬਿਲਕੁਲ, ਸਾਡੇ ਕੋਲ ਅੰਕੜੇ ਹੈਗੇ ਨੇ ਜੀ, BC ਦੇ ਅੰਕੜੇ ਹੈਗੇ ਨੇ ਜੀ, ਅਤੇ ਕੈਨੇਡਾ ਦੇ ਹੈਗੇ ਨੇ ਅਤੇ ਵਰਲਡ ਦੇ ਹੈਗੇ ਨੇ, ਇੰਡੀਆ ਦੇ ਵੀ ਹੈਗੇ ਨੇ। ਓਕੇ, ਅਤੇ ਮਾਨਸਿਕ ਰੋਗਾਂ ਦੇ ਕਾਫੀ ਰਿਸਰਚ ਹੋ ਚੁੱਕੀ ਹੈ ਅਤੇ ਇਸ ਕਰਕੇ ਕਾਫੀ ਕਲੀਅਰਟੀ ਹੈਗੀ ਹੈ ਇਹਦੇ ਬਾਰੇ, ਅਤੇ ਪਰ ਸਾਡੇ ਲੋਕਾਂ 'ਚ ਨਾ ਪਤਾ ਹੋਣ ਕਰਕੇ ਲੋਕ ਪਛਾਣਦੇ ਨਹੀਂ ਹੈਗੇ, ਅਤੇ BC ਪਾਰਟਨਰ ਦੇ ਸਹਿਯੋਗ ਨਾਲ ਮੂਡ ਡਿਸਆਰਡਰ ਐਸੋਸੀਏਸ਼ਨ ਜਿਹੜੀ ਹੈਗੀ ਆ, ਕੋਸ਼ਿਸ਼ ਕਰੀਏ ਲੋਕਾਂ ਨੂੰ ਇਹਨਾਂ ਦਾ ਪਤਾ ਲੱਗੇ ਜੀ। ਅਤੇ ਇਹ ਕਾਫੀ ਰੋਗ ਹੁੰਦੇ ਨੇ, ਇਹ ਜਿਹੜੇ ਰੋਗ ਨੇ ਕਾਫੀ ਲੋਕਾਂ ਨੂੰ ਲੱਗਦੇ ਹੈਗੇ ਨੇ, ਅਤੇ ਜੇ ਆਪਾਂ ਦੇਖੀਏ ਕਿ ਪਾਪੂਲੇਸ਼ਨ ਦੇ ਵਿੱਚ ਕੋਈ 20% ਲੋਕ ਕਈ ਵਾਰੀ ਬਿਮਾਰ ਹੁੰਦੇ ਨੇ। ਓਕੇ, ਔਰ ਬਹੁਤ ਜ਼ਿਆਦਾ ਹੈਗਾ। ਮਾਨਸਿਕ ਰੋਗ ਦਾ ਜਦ ਅਸੀਂ ਗੱਲ ਕਰਦੇ ਹਾਂ ਇਹਦਾ ਮਤਲਬ ਕੀ ਹੋਇਆ ਕਿ ਰੋਗ ਦਾ ਤਾਂ ਸਾਨੂੰ ਪਤਾ ਕੋਈ ਬਿਮਾਰੀ ਸਾਨੂੰ ਨਜ਼ਰ ਆ ਗਈ, ਪਰ ਮਾਨਸਿਕ ਰੋਗ ਦੀ ਬਿਮਾਰੀ ਦੀ ਜਦ ਅਸੀਂ ਗੱਲ ਕਰੀਏ ਇਹਦਾ ਮਤਲਬ ਕੀ ਹੋਇਆ? ਇੱਦਾਂ ਹੈਗਾ ਜੀ ਕਿ ਜਿਹੜਾ ਬ੍ਰੇਨ ਹੈਗਾ ਨਾ ਜੀ, ਇਹ ਵੀ ਇੱਕ ਸਰੀਰ ਦਾ ਹਿੱਸਾ ਹੈਗਾ। ਠੀਕ ਹੈ, ਜਿੱਦਾਂ ਬਾਕੀ ਅੰਗ ਹੈਗੇ ਨੇ, ਦਿਲ ਹੈਗਾ, ਫੇਫੜੇ ਹੈਗੇ ਨੇ, ਅਤੇ ਕਈ ਵਾਰੀ ਉਹਨਾਂ ਦੇ ਕੰਮਕਾਰ 'ਚ ਫਰਕ ਪੈਂਦਾ। ਇਸੇ ਤਰ੍ਹਾਂ ਦਿਮਾਗ ਹੈਗਾ, ਇੱਕ ਜਦੋਂ ਕੰਮਕਾਰ ਕਰਦਾ ਸਾਰੀ ਜ਼ਿੰਦਗੀ ਵਧੀਆ ਚੱਲਦੀ ਹੈ, ਸਾਡੀ ਸਿਹਤ ਮਾਨਸਿਕ ਸਿਹਤ ਵਧੀਆ ਹੈਗੀ ਹੈਗੀ ਜੀ, ਪਰ ਕਈ ਵਾਰੀ ਇਹਦੇ ਕੰਮ ਕਰਨ ਦੇ ਵਿੱਚ ਕੁਛ ਵਿਘਨ ਪੈ ਜਾਂਦੇ ਹੈਗੇ ਨੇ, ਜਿਹਦੇ ਵਿੱਚ ਕੁਛ ਸਟ੍ਰੈਸ ਆਉਂਦੇ ਨੇ, ਕੁਛ ਤਣਾਅ ਆਉਂਦੇ ਨੇ, ਪਰੇਸ਼ਾਨੀਆਂ ਆਉਂਦੀਆਂ ਨੇ ਜੀ, ਉਹ ਇਹਦੇ ਕੰਮਕਾਰ 'ਚ ਵਿਘਨ ਪਾਉਣਾ ਸ਼ੁਰੂ ਹੋ ਜਾਂਦੀਆਂ, ਹਿਲਾ ਦਿੰਦੀਆਂ ਹੈਗੀਆਂ ਜੀ, ਅਤੇ ਉਹ ਜਿਹੜੇ ਜਦੋਂ ਵਿਘਨ ਪੈਂਦਾ ਹੈਗਾ ਉਹ ਮਾਨਸਿਕ ਰੋਗ ਹੁੰਦੇ ਨੇ। ਓਕੇ, ਉਹ ਜਿੱਦਾਂ ਫਰਜ਼ ਕਰੋ ਸਾਡੇ ਸੋਚਣ ਵਿੱਚ, ਪਰਖਣ ਵਿੱਚ, ਸਾਡੇ ਮਹਿਸੂਸ ਕਰਨ ਵਿੱਚ, ਸਾਡੇ ਸਾਨੂੰ ਡਰ ਲੱਗਦਾ ਹੈਗਾ, ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਹੈਗੀਆਂ ਨੇ ਤਾਂ ਅਸੀਂ ਉਹਨਾਂ ਨੂੰ ਮਾਨਸਿਕ ਰੋਗ ਕਹਿੰਦੇ ਹੈਗੇ ਹਾਂ। ਓਕੇ, ਪਰ ਉਹਦੇ ਨਾਲ ਇਹ ਵੀ ਹੁੰਦਾ ਹੈਗਾ ਕਿ ਜਿਹੜੇ ਮਾਨਸਿਕ ਰੋਗ ਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਕਾਫੀ ਇੰਟਰਫੇਅਰ ਕਰਦੇ ਨੇ। ਅੱਛਾ ਜੀ, ਸਾਡੇ ਕੰਮ ਕਾਰੋਬਾਰ ਦੇ ਕੰਮ, ਸਕੂਲ, ਪੜ੍ਹਾਈ, ਜਾਂ ਜਿਹੜਾ ਵੀ ਅਸੀਂ ਜੋਬ ਕਰਦੇ ਹਾਂ, ਸਾਡੇ ਰਿਲੇਸ਼ਨਸ਼ਿਪ, ਇਹਨਾਂ 'ਚ ਫਿਰ ਉਹ ਦਖਲ ਪਾਉਂਦੇ ਹੈਗੇ ਨੇ, ਅਤੇ ਸਾਨੂੰ ਜ਼ਿੰਦਗੀ ਨੂੰ ਮੰਨਣਾ ਔਖਾ ਹੋ ਜਾਂਦਾ ਹੈਗਾ। ਜਿਹੜੀਆਂ ਸਾਡੀਆਂ ਅਚੀਵਮੈਂਟ ਅਸੀਂ ਕਰ ਸਕਦੇ ਹਾਂ ਉਹ ਫਿਰ ਕਰਨੀਆਂ ਔਖੀਆਂ ਹੋ ਜਾਂਦੀਆਂ ਜਿੰਨੇ ਚਿਰ ਅਸੀਂ ਇਹਨਾਂ ਨੂੰ ਡੀਲ ਨਹੀਂ ਕਰਦੇ ਹੈਗੇ। ਸੋ ਇਹਨਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈਗਾ। ਰਾਈਟ, ਮਾਨਸਿਕ ਰੋਗ ਜਾਂ ਮਨ ਦੇ ਰੋਗ ਕੀ ਹੈ, ਇੱਕੋ ਹੀ ਚੀਜ਼ ਅਸੀਂ ਕਹਿ ਸਕਦੇ ਹਾਂ ਜੀ? ਹਾਂਜੀ, ਇਹ ਬੜਾ ਅੱਛਾ ਤੁਸੀਂ ਸਵਾਲ ਕੀਤਾ। ਮਨ ਦੀ ਗੱਲ ਜਿਹੜੀ ਹੈਗੀ ਹੈ, ਮਨ ਮਾਨਸਿਕ ਰੋਗ ਜਿਹੜਾ ਹੈਗਾ, ਮਨ ਜਿਹੜਾ ਹੈਗਾ ਨਾ, ਐਕਚੁਅਲੀ ਜਿਹੜਾ ਦਿਮਾਗ ਦੇ ਜਿਹੜੇ ਫੰਕਸ਼ਨਸ ਹੈਗੇ ਨੇ, ਰਾਈਟ, ਕਿ ਉਹ ਦਿਮਾਗ ਜਿਹੜਾ ਸੋਚਦਾ ਹੈਗਾ, ਪਰਖਦਾ ਹੈਗਾ, ਮਹਿਸੂਸ ਕਰਦਾ ਹੈਗਾ ਜੀ, ਇਹਨੂੰ ਹੀ ਮਨ ਕਹਿੰਦੇ ਨੇ। ਓਕੇ, ਇਹਨੂੰ ਆਪਾਂ ਮਨ ਕਹਿੰਦੇ ਹਾਂ, ਮਨ ਦੇ ਜਿਹੜੇ ਦਿਮਾਗ ਦੇ ਜਿਹੜੇ ਫੰਕਸ਼ਨਸ ਨੇ। ਓਕੇ, ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਅੱਜ ਮੇਰਾ ਮਨ ਉਦਾਸ ਹੈ, ਅੱਜ ਮੇਰਾ ਮਨ ਇਹ ਸੋਚਦਾ ਹੈਗਾ, ਮੇਰਾ ਮਨ ਇਸ ਤਰ੍ਹਾਂ ਕਰਦਾ ਹੈ, ਮੇਰਾ ਮਨ ਥੋੜ੍ਹਾ ਜਿਹਾ ਡਰਿਆ ਹੈਗਾ, ਸੋ ਇਹ ਜਿਹੜੀ ਬ੍ਰੇਨ ਦੀ ਜਿਹੜੀ ਫੰਕਸ਼ਨਿੰਗ ਹੈਗੀ ਆ ਉਹ ਹੈਗੀ ਆ, ਅਤੇ ਇਹ ਜਿਹੜੀ ਕਾਫੀ ਨਾਰਮਲ ਹੁੰਦੇ ਨੇ, ਅਸੀਂ ਡਰਦੇ ਹਾਂ, ਅਸੀਂ ਫਿਕਰ ਕਰਦੇ ਹਾਂ, ਅਸੀਂ ਉਦਾਸ ਵੀ ਹੁੰਦੇ ਹੈਗੇ ਹਾਂ ਜੀ, ਪਰ ਫਰਜ਼ ਕਰੋ ਜਿੱਦਾਂ ਉਦਾਸੀ ਹੈਗੀ ਆ, ਕਿਸੇ ਜਿਸ ਘਟਨਾ ਤੋਂ ਪੈਦਾ ਹੋਈ ਆ ਉਹਦੇ ਮੁਤਾਬਕ ਹੋਣੀ ਚਾਹੀਦੀ ਹੈਗੀ, ਰਾਈਟ, ਪਰ ਜੇ ਉਸ ਘਟਨਾ ਤੋਂ ਕਿਤੇ ਜ਼ਿਆਦਾ ਹੋ ਜਾਂਦੀ ਹੈਗੀ ਆ, ਔਰ ਇਹ ਜਾਂਦੀ ਨਹੀਂ ਹੈਗੀ ਜੀ, ਅਤੇ ਫਿਰ ਇਹ ਰੋਗ ਬਣ ਜਾਂਦਾ ਹੈ। ਓਕੇ, ਹੈ ਨਾ, ਫਿਕਰ ਸਾਨੂੰ ਸਾਰਿਆਂ ਨੂੰ ਹੁੰਦੇ ਹੈਗੇ, ਛੋਟੇ ਮੋਟੇ ਫਿਕਰ ਹੁੰਦੇ ਆ, ਪਰ ਜੇ ਉਹ ਫਿਕਰ ਇੰਨੇ ਵੱਧ ਜਾਣ, ਰਾਈਟ, ਔਰ ਫਿਕਰ ਉਹ ਜਿਹਦੀ ਗੱਲ ਹੈਗੀ ਆ ਉਹ ਤੋਂ ਜ਼ਿਆਦਾ ਹੋ ਜਾਣ ਜੀ, ਅਤੇ ਸਾਡੇ ਕੰਮ ਕਾਰ 'ਚ ਦਖਲ ਦੇਣ ਲੱਗ ਪੈਣ, ਸਾਡੇ ਕੋਲ ਨੀਂਦ ਵਿੱਚ ਫਰਕ ਪੈ ਜੇ, ਉਹ ਜਿਹੜਾ ਫਿਕਰ ਹੈਗਾ ਫਿਰ ਇੱਕ ਐਂਗਜ਼ਾਇਟੀ ਰੋਗ ਹੋ ਗਿਆ, ਐਂਗਜ਼ਾਇਟੀ ਡਿਸਆਰਡਰ ਹੋ ਗਿਆ, ਉਹੀ ਮਾਨਸਿਕ ਰੋਗ ਬਣ, ਮਾਨਸਿਕ ਰੋਗ ਬਣ। ਤਾਂ ਕੋਈ ਇਹਦੇ ਵਾਸਤੇ ਕੋਈ ਉਮਰ ਤੁਸੀਂ ਜਿਹੜੀ ਤੁਹਾਡੀ ਸਟੱਡੀ ਹੈਗੀ ਉਸ ਵਿੱਚ ਦੇਖਿਆ ਕਿ ਕੀ ਇਹ ਸਿਰਫ ਉਹ ਬਜ਼ੁਰਗਾਂ ਨੂੰ ਹੀ ਹੁੰਦੇ ਨੇ ਜਾਂ ਕੋਈ ਇਹਦੀ ਕੋਈ ਏਜ ਕੋਈ ਲਿਮਿਟ ਨਹੀਂ ਹੈਗੀ? ਹਾਂ,
ਇਹਦੀ ਵੈਸੇ ਕੋਈ ਏਜ ਲਿਮਿਟ ਨਹੀਂ ਹੈਗੀ। ਅੱਛਾ ਜੀ। ਪਰ ਪ੍ਰੋਬਲਮ ਇਹਨਾਂ 'ਚ ਬੜੀ ਵੱਡੀ ਇਹ ਹੈਗੀ ਆ ਕਿ ਚੜ੍ਹਦੀ ਜਵਾਨੀ ਵੇਲੇ ਲੱਗਦੇ ਨੇ। ਓਕੇ। ਜਿੱਦਾਂ 15 ਸਾਲ ਤੋਂ ਲੈ ਕੇ 25, 26, 27 ਸਾਲ ਦੀ ਉਮਰ ਤੱਕ ਬਹੁਤੇ ਜਿਹੜੇ ਰੋਗ ਨੇ ਇਸ ਉਮਰ 'ਚ ਸ਼ੁਰੂ ਹੋ ਜਾਂਦੇ ਹੈਗੇ। ਅੱਛਾ ਜੀ। ਇਹ ਕਾਫੀ ਫਿਰ ਖਰਾਬ ਅਸਰ ਪਾਉਂਦੇ ਨੇ। ਇਹੋ ਹੀ ਸਾਡੀ ਉਮਰ ਹੁੰਦੀ ਆ ਜਦੋਂ ਅਸੀਂ ਪੜ੍ਹ ਲਿਖ ਰਹੇ ਹੁੰਦੇ ਹਾਂ, ਕੰਮ ਕਾਰ ਸਿੱਖ ਰਹੇ ਹੁੰਦੇ ਹਾਂ, ਐਡਜਸਟਮੈਂਟ ਕਰ ਰਹੇ ਹੁੰਦੇ ਹਾਂ, ਦੁਨੀਆਂ ਨੂੰ ਸਮਝ ਰਹੇ ਹੁੰਦੇ ਹਾਂ, ਬ੍ਰੇਨ ਜਿਹੜਾ ਹੈਗਾ ਨਾਲੇ ਅਜੇ ਡਿਵੈਲਪ ਹੋ ਰਿਹਾ ਹੈਗਾ। ਰਾਈਟ। ਬ੍ਰੇਨ ਜਿਹੜਾ ਡਿਵੈਲਪ ਹੋਣ ਨੂੰ 22-23 ਸਾਲ ਲੱਗ ਜਾਂਦੇ ਹੈਗੇ ਜੀ। ਸੋ ਇਹ ਜਦੋਂ ਰੋਗ ਆਉਂਦੇ ਹੈਗੇ ਨੇ ਇਹ ਫਿਰ ਕਾਫੀ ਖਰਾਬੀ ਪੈਦਾ ਕਰਦੇ ਨੇ, ਅਤੇ ਜਿਹਨਾਂ ਨੂੰ ਆਪਾਂ ਪਛਾਣੀਏ ਨਾ, ਜਿਹਨਾਂ ਨੂੰ ਆਪਾਂ ਡੀਲ ਨਾ ਕਰੀਏ, ਇਹਨਾਂ ਦਾ ਇਲਾਜ ਨਾ ਕਰੀਏ, ਫਿਰ ਨੁਕਸਾਨ ਜ਼ਿਆਦਾ ਹੁੰਦਾ। ਸੋ ਜਦੋਂ ਮਾਨਸਿਕ ਰੋਗ ਦੀ ਗੱਲ ਕਰਦੇ ਹਾਂ ਕਿ ਇੱਕੋ ਹੀ ਕਿਸਮ ਦਾ ਮਾਨਸਿਕ ਰੋਗ ਹੁੰਦਾ ਜਾਂ ਇਹਦੀ ਵੱਖਰੀ ਵੱਖਰੀ ਟਾਈਪਸ ਹੁੰਦੀਆਂ ਨੇ? ਡਾਕਟਰ ਸਾਹਿਬ, ਇਹਦੀਆਂ ਕਾਫੀ ਟਾਈਪਸ ਹੁੰਦੀਆਂ ਨੇ। ਓਕੇ। ਜਿੱਦਾਂ ਹੋਰਨਾ ਜਿਹੜੇ ਅੰਗ ਹੈਗੇ ਨੇ ਉਹਨਾਂ 'ਚ ਵੀ ਕਈ ਬਿਮਾਰੀਆਂ ਹੁੰਦੀਆਂ ਨੇ, ਦਿਲ ਦੀਆਂ ਕਈ ਬਿਮਾਰੀਆਂ ਨੇ, ਇਸ ਤਰ੍ਹਾਂ ਹੀ ਇਹਦੀਆਂ ਕਈ ਬਿਮਾਰੀਆਂ ਹੈਗੀਆਂ ਜੀ, ਅਤੇ ਕਈ ਕਈ ਕਿਸਮਾਂ ਹੈਗੀਆਂ ਨੇ। ਅਸੀਂ ਇਹਨੂੰ ਇਸ ਤਰੀਕੇ ਨਾਲ ਦੇਖਦੇ ਹੈਗੇ ਹਾਂ, ਪਹਿਲਾਂ ਹੀ ਵੇਖਦੇ ਹੈਗੇ ਹਾਂ ਕਿ ਇਹਨੂੰ ਕੋਈ ਫਿਕਰ ਤਾਂ ਨਹੀਂ ਹੈਗਾ, ਕੋਈ ਚਿੰਤਾ ਤਾਂ ਨਹੀਂ ਹੈਗੀ, ਫਿਕਰ ਵਾਲਾ ਕੋਈ ਰੋਗ ਤਾਂ ਨਹੀਂ ਹੈਗਾ, ਐਂਗਜ਼ਾਇਟੀ ਡਿਸਆਰਡਰ ਤਾਂ ਨਹੀਂ ਹੈਗਾ ਉਹ 'ਚ। ਕਈ ਲੋਕਾਂ ਨੂੰ ਡਰ ਲੱਗਦਾ ਹੈਗਾ, ਕਈ ਲੋਕ ਘਬਰਾਏ ਰਹਿੰਦੇ ਹੈਗੇ ਨੇ, ਕਈ ਲੋਕਾਂ ਨੂੰ ਪੈਨਿਕ ਅਟੈਕਸ ਹੁੰਦੇ ਨੇ ਜੀ, ਅਸੀਂ ਉਹ ਦੇਖਦੇ ਹਾਂ ਕਿਤੇ ਉਹ ਤਾਂ ਨਹੀਂ ਹੈਗਾ। ਰਾਈਟ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹਦਾ ਮੂਡ ਕਿਹੋ ਜਿਹਾ ਹੈਗਾ, ਕਿ ਮੂਡ ਉਦਾਸ ਤਾਂ ਨਹੀਂ ਹੈਗਾ, ਔਰ ਕਾਫੀ ਦੇਰ ਤੋਂ ਉਦਾਸ ਤਾਂ ਨਹੀਂ ਰਹਿ ਰਿਹਾ ਹੈਗਾ, ਜਾਂ ਮੂਡ ਜਿਹੜਾ ਇੰਨਾ ਤਾਂ ਉਹਨੂੰ ਹੈਗਾ ਕਿ ਉਹ ਰਿਐਲਿਟੀ ਨਾਲ ਮੇਚ ਨਹੀਂ ਕਰ ਰਿਹਾ ਹੈਗਾ। ਸੋ ਦੂਸਰਾ ਹੀ ਵੇਖਦੇ ਹਾਂ ਮੂਡ ਬਾਰੇ। ਸੋ ਪਹਿਲੇ ਰੋਗ ਹੁੰਦੇ ਨੇ ਐਂਗਜ਼ਾਇਟੀ ਡਿਸਆਰਡਰਸ, ਦੂਸਰੇ ਅਸੀਂ ਮੂਡ ਨਾਲ ਸੰਬੰਧਿਤ ਜਿਹੜੇ ਰੋਗ ਹੁੰਦੇ ਨੇ। ਅੱਛਾ ਜੀ। ਫਿਰ ਅਸੀਂ ਵੇਖਦੇ ਹਾਂ ਕਿ ਰਿਐਲਿਟੀ ਨਾਲ, ਅਸਲੀਅਤ ਨਾਲ ਇਹਦਾ ਲਿੰਕ ਬੰਦੇ ਦਾ ਹੈਗਾ ਕਿ ਨਹੀਂ ਹੈਗਾ ਜੀ। ਕਈ ਲੋਕਾਂ ਨੂੰ ਵਹਿਮ ਹੋ ਜਾਂਦੇ ਨੇ ਕਿ ਜਿਹੜੇ ਸੱਚੇ ਨਹੀਂ ਹੁੰਦੇ, ਗੱਲਾਂ ਠੀਕ ਨਹੀਂ ਹੁੰਦੀਆਂ, ਪਰ ਉਹ ਰਾਈ ਦਾ ਪਹਾੜ ਬਣਾ ਲੈਂਦੇ ਨੇ, ਹੁਣ ਥੋੜ੍ਹੀ ਜਿਹੀ ਗੱਲ ਹੁੰਦੀ ਹੈ ਪਰ ਉਹ ਪਹਾੜ ਬਣਾ ਲੈਂਦੇ ਨੇ ਜੀ, ਅਤੇ ਉਹਦਾ ਰਿਐਲਿਟੀ ਨਾਲ ਉਹ ਲਿੰਕ ਟੁੱਟਦਾ ਹੈਗਾ। ਓਕੇ। ਅਤੇ ਉਹਦੇ ਵਿੱਚ ਅਸੀਂ ਸੋਚਦੇ ਹਾਂ ਫਿਰ ਕਿ ਥੋਟ ਡਿਸਆਰਡਰ ਹੋ ਗਿਆ, ਇਹਦੇ ਵਿੱਚ ਡਿਲੂਜਨਲ ਡਿਸਆਰਡਰ ਜਿਹਨੂੰ ਵਹਿਮ ਦਾ ਰੋਗ ਕਹਿ ਲੈਂਦੇ ਹਾਂ, ਜਾਂ ਕੋਈ ਬੰਦਾ ਹੈਗਾ ਉਹਨੂੰ ਆਵਾਜ਼ਾਂ ਸੁਣਦੀਆਂ ਨੇ ਜਿਹੜੀਆਂ ਉੱਥੇ ਨਹੀਂ ਹੈਗੀਆਂ। ਰਾਈਟ। ਉਹਦੇ ਵਾਸਤੇ ਉਹ ਰੀਅਲ ਨੇ, ਕਈ ਵਾਰੀ ਉਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰਨਾ ਸ਼ੁਰੂ ਕਰ ਦਿੰਦਾ ਹੈਗਾ, ਕਈਆਂ ਨੂੰ ਚੀਜ਼ਾਂ ਵਿਖਾਈ ਦਿੰਦੀਆਂ ਹੈਗੀਆਂ ਨੇ, ਕਈਆਂ ਨੂੰ ਕੋਈ ਸਮੈਲ ਆਉਂਦੀ ਹੈਗੀ ਆ, ਉਹਨਾਂ ਨੂੰ ਅਸੀਂ ਹਲੂਸੀਨੇਸ਼ਨ ਕਹਿੰਦੇ ਹੈਗੇ। ਸੋ ਇਹ ਸੋਚਣ ਪਰਖਣ ਦੇ ਰੋਗ ਹੋ ਗਏ। ਸੋ ਇੱਕ ਤਾਂ ਹੋ ਗਏ ਸੋਚਣ ਪਰਖਣ ਦੇ ਰੋਗ, ਇੱਕ ਮੂਡ ਨਾਲ ਸੰਬੰਧਿਤ ਰੋਗ ਹੋ ਗਏ, ਇੱਕ ਘਬਰਾਹਟ ਨਾਲ, ਐਂਗਜ਼ਾਇਟੀ ਨਾਲ, ਤੀਸਰਾ ਹੀ ਵੇਖਦੇ ਹਾਂ ਕਿ ਇਸ ਇਨਸਾਨ ਨੂੰ ਕੋਈ ਅਮਲ ਤਾਂ ਨਹੀਂ ਲੱਗਾ ਹੋਇਆ। ਓਕੇ। ਅਮਲ ਨੂੰ ਅਸੀਂ ਦਿਮਾਗੀ ਇੱਕ ਰੋਗ ਸਮਝਦੇ ਹੈਗੇ ਜੀ, ਇਹ ਵੀ ਸਾਡੇ ਕਲਾਸੀਫਿਕੇਸ਼ਨ ਦਾ ਇੱਕ ਹਿੱਸਾ ਹੈਗਾ ਕਿ ਜਿਹਨਾਂ ਨੂੰ ਸ਼ਰਾਬ ਰੋਗ ਹੈਗਾ, ਜਾਂ ਜਿਹਨਾਂ ਨੂੰ ਓਪੀਅਮ 'ਤੇ ਐਡਿਕਸ਼ਨ ਹੋ ਜਾਂਦੀ ਆ, ਫੀਮ 'ਤੇ, ਡੋਡਿਆਂ 'ਤੇ ਐਡਿਕਸ਼ਨ ਹੋ ਜਾਂਦੀ ਹੈਗੀ ਆ। ਫਿਰ ਅਸੀਂ ਦੇਖਦੇ ਹੈਗੇ ਹਾਂ ਕਈ ਵਾਰੀ ਇੱਦਾਂ ਹੁੰਦਾ ਕਿ ਕਿਸੇ ਦਾ, ਕਿਸੇ ਦੀ ਸੋਚਣੀ, ਕਿਸੇ ਦੀ ਮਹਿਸੂਸ ਕਰਨੀ, ਜਾਂ ਕਿਸੇ ਦੇ ਕਾਰਵਿਹਾਰ 'ਚ ਫਰਕ ਆ ਜਾਂਦਾ ਜੀ, ਪਰ ਰੋਗ ਨਹੀਂ ਹੁੰਦਾ। ਅਤੇ ਅਸੀਂ ਦੇਖਦੇ ਹਾਂ ਕਿ ਇਹਦੇ ਸੁਭਾਅ ਦਾ ਇੱਕ ਹਿੱਸਾ ਹੈਗਾ। ਰਾਈਟ। ਉਦੋਂ ਅਸੀਂ ਦੇਖਦੇ ਹਾਂ ਕਿ ਹੋ ਸਕਦਾ ਇਹਦੀ ਪਰਸਨੈਲਿਟੀ ਦੇ ਵਿੱਚ ਕੁਛ ਟ੍ਰੇਟਸ ਇਹੋ ਜਿਹੇ ਨੇ, ਜਾਂ ਪਰਸਨੈਲਿਟੀ ਦੇ ਕੁਛ ਰੋਗ ਨੇ, ਸੁਭਾਅ ਦੇ ਕੁਛ ਰੋਗ ਨੇ। ਸੋ ਇਹ 5 ਤਰੀਕੇ ਨਾਲ ਅਸੀਂ ਦੇਖਦੇ ਹੈਗੇ। ਸੋ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਲਾਸਟ 5ਵਾਂ ਪੁਆਇੰਟ ਜ਼ਿਕਰ ਕੀਤਾ, ਅਤੇ ਸੁਸਾਈਡਲ ਟੈਂਡੈਂਸੀ ਜਿਹੜੀਆਂ ਹੈਗੀਆਂ ਨੇ, ਕਿ ਇਹ ਵੀ ਫਿਰ ਇੱਕ ਮਾਨਸਿਕ ਰੋਗ ਦਾ ਹੀ ਇੱਕ ਅੰਗ ਹੈਗੀਆਂ ਨੇ? ਹਾਂ, ਸੁਸਾਈਡ ਜਿਹੜੀ ਟੈਂਡੈਂਸੀ ਹੈਗੀ ਆ, ਜਾਂ ਸੁਸਾਈਡ ਜਿਹੜੇ ਲੋਕ ਕਰਦੇ ਹੈਗੇ ਨੇ ਜਾਂ ਸੋਚਦੇ ਹੈਗੇ ਨੇ, ਇਹ ਇੱਕ ਆਪਣੇ ਆਪ 'ਚ ਇੱਕ ਮਾਨਸਿਕ ਰੋਗ ਨਹੀਂ ਹੈਗਾ। ਓਕੇ। ਪਰ ਜਿਹੜੇ ਮਾਨਸਿਕ ਰੋਗੀ ਹੁੰਦੇ ਹੈਗੇ ਨੇ, ਉਹਨਾਂ ਰੋਗਾਂ ਦੇ ਵਿੱਚ ਕਈਆਂ ਨੂੰ ਬੜੇ ਖਿਆਲ ਆਉਂਦੇ ਨੇ, ਡਿਪਰੈਸ਼ਨ ਦੇ ਵਿੱਚ ਸੁਸਾਈਡ ਦੇ ਬੜੇ ਖਿਆਲ ਆਉਂਦੇ ਨੇ, ਲੋਕ ਕੋਸ਼ਿਸ਼ਾਂ ਕਰਦੇ ਨੇ, ਕਈ ਲੋਕ ਕਾਮਯਾਬ ਹੋ ਜਾਂਦੇ, ਕਈ ਲੋਕ ਮਰ ਜਾਂਦੇ ਨੇ। ਸੋਚਣ ਪਰਖਣ ਦਾ ਜਿਹੜਾ ਰੋਗ ਹੈਗਾ, ਉਹਦੇ ਸੁਸਾਈਡਸ ਕਾਫੀ ਹੁੰਦੀਆਂ ਨੇ। ਆਮ ਲੋਕਾਂ ਦੇ ਵਿੱਚ 2% ਲੋਕ ਸੁਸਾਈਡ ਕਰਦੇ ਨੇ। ਓਕੇ। ਆਮ ਪਾਪੂਲੇਸ਼ਨ ਦੇ ਵਿੱਚ ਰੇਟ ਜਿਹੜਾ ਕੋਈ 2% ਹੈਗਾ, ਰਾਈਟ, 1-2% ਹੈਗਾ। ਰਾਈਟ। ਪਰ ਜਿਹੜੇ ਲੋਕ ਦਿਮਾਗੀ ਤੌਰ 'ਤੇ ਬਿਮਾਰ ਹੁੰਦੇ ਨੇ, ਉਹਨਾਂ 'ਚ ਰੇਟ ਵੱਧ ਜਾਂਦਾ, 10% ਤੱਕ ਚੱਲ ਜਾਂਦਾ ਹੈਗਾ। ਸੋ ਇਹ ਰੋਗ ਨਹੀਂ ਹੈਗਾ, ਪਰ ਇਹਦੇ ਵਾਸਤੇ ਹੈਲਪ ਲੈਣੀ ਚਾਹੀਦੀ, ਕਿਉਂਕਿ ਇਹਦੇ ਪਿੱਛੇ ਕੋਈ ਮਾਨਸਿਕ ਰੋਗ ਹੋ ਸਕਦਾ ਹੈ। ਰਾਈਟ। ਐਂਡ ਆਫ ਕੋਰਸ ਆਉਣ ਵਾਲੇ ਪ੍ਰੋਗਰਾਮਸ ਵਿੱਚ ਅਸੀਂ ਵਿਸਥਾਰ ਵਿੱਚ ਇਹਦੇ ਬਾਰੇ ਗੱਲਬਾਤ ਕਰਾਂਗੇ। ਸੋ ਲੈਣੇ ਇੱਕ ਛੋਟੀ ਜਿਹੀ ਬ੍ਰੇਕ 'ਚ ਵਾਪਸ ਆ ਕੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਰਿਕਗਨਾਈਜ਼ ਕਿਉਂ ਨਹੀਂ ਹੁੰਦੇ ਇਹ ਮਾਨਸਿਕ ਰੋਗ ਆਮ ਤੌਰ ਉੱਤੇ, ਅਤੇ ਇਸ ਵਾਸਤੇ ਕੀ ਕੁਝ ਇੰਡੀਕੇਸ਼ਨਸ ਨੇ ਅਤੇ ਕੀ ਕੀਤਾ ਜਾ ਸਕਦਾ ਹੈ, ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295।
ਗੱਲਬਾਤ ਚੱਲ ਰਹੀ ਹੈ ਜੀ ਮਾਨਸਿਕ ਰੋਗਾਂ ਦੇ ਬਾਰੇ, ਅਤੇ ਮੇਰੇ ਨਾਲ ਡਾਕਟਰ ਰਾਜਪਾਲ ਸਿੰਘ ਸਾਥ ਦੇ ਰਹੇ ਨੇ ਅਤੇ ਸਾਨੂੰ ਜਾਣਕਾਰੀ ਦੇ ਰਹੇ ਨੇ, ਅਤੇ ਬ੍ਰੇਕ ਤੋਂ ਪਹਿਲਾਂ ਇਹਨਾਂ ਨੇ ਬੜੇ ਮਹੱਤਵਪੂਰਨ ਗੱਲਾਂ ਕੀਤੀਆਂ ਨੇ। ਆਓ ਹੁਣ ਕੁਝ ਜਾਣਕਾਰੀ ਲੈਂਦੇ ਹਾਂ ਕਿ ਇਸ 'ਤੇ ਕਿਵੇਂ ਪਹਿਚਾਣ ਕੀਤੀ ਜਾਵੇ, ਕਿਉਂ ਨਹੀਂ ਰੈਕਗਨਾਈਜ਼ ਹੁੰਦੀ ਇਹ ਬਿਮਾਰੀਆਂ, ਅਤੇ ਉਸ ਵਾਸਤੇ ਕਿਸ ਤਰ੍ਹਾਂ ਪਤਾ ਚੱਲੇ ਅਤੇ ਕਿਹੜੇ ਦੇ ਅੱਜ ਇਲਾਜ ਮੌਜੂਦ ਹਨ। ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਕਰ ਰਹੇ ਸੀ ਗੱਲਬਾਤ, ਕਿਉਂ ਨਹੀਂ ਰੈਕਗਨਾਈਜ਼ ਹੁੰਦੇ, ਤੁਸੀਂ ਕੀ ਸਮਝਦੇ ਹੋ ਇਹਦੇ, ਕਿਉਂਕਿ ਤੁਸੀਂ ਡੀਲ ਵੀ ਕਰਦੇ ਹੋ, ਕੋਈ ਇਹਦੇ ਵਿੱਚ ਕੋਈ ਸਟੱਡੀਜ਼ ਵੀ ਕੀਤੀਆਂ ਗਈਆਂ ਨੇ ਕਿ ਕਿਉਂ ਨਹੀਂ ਪਤਾ ਚੱਲਦਾ ਹੈਗਾ? ਹਾਂਜੀ, ਇਹ ਪਤਾ ਨਹੀਂ ਚੱਲਦਾ ਹੈਗਾ, ਉਹਦਾ ਕਾਰਨ ਇਹ ਵੀ ਹੈਗੇ ਨੇ, ਇੱਕ ਤਾਂ ਸਾਨੂੰ ਪਤਾ ਹੀ ਨਹੀਂ ਕਿ ਮਾਨਸਿਕ ਰੋਗ ਹੋ ਸਕਦਾ ਹੈ, ਦੂਸਰਾ ਹੈਗਾ ਕਿ ਕਈਆਂ ਲੋਕਾਂ ਨੂੰ ਇਹ ਰੋਗ ਜਿਹੜੇ ਨੇ ਹੌਲੀ ਹੌਲੀ ਹੋਣੇ ਸ਼ੁਰੂ ਹੁੰਦੇ ਨੇ, ਸਲੋਲੀ ਸ਼ੁਰੂ ਹੁੰਦੇ ਹੈਗੇ ਨੇ, ਅਤੇ ਉਹਨਾਂ ਦਾ ਫਰਕ ਪੈਣਾ ਥੋੜ੍ਹਾ ਥੋੜ੍ਹਾ ਸ਼ੁਰੂ ਹੁੰਦਾ, ਉਹ ਫਿਰ ਘਰਦਿਆਂ ਵਾਸਤੇ ਆਲੇ ਦੁਆਲੇ ਵਾਸਤੇ ਪਛਾਣਨਾ ਔਖਾ ਹੋ ਜਾਂਦਾ ਹੈਗਾ, ਡਿਟੂਰੀਏਸ਼ਨ ਹੈਗੀ ਆ, ਸਲੋ ਹੁੰਦੀ ਹੈਗੀ ਆ। ਪਰ ਜਦੋਂ ਇਹ ਰੋਗ ਇੱਕਦਮ ਆਉਂਦਾ, ਹਫ਼ਤੇ 'ਚ ਹੀ ਆ ਗਿਆ, ਦੋਵਾਂ ਦਿਨਾਂ 'ਚ ਆ ਗਿਆ, ਮਹੀਨੇ ਦੇ ਵਿੱਚ ਹੀ ਆ ਗਿਆ, ਤਾਂ ਲੋਕਾਂ ਨੂੰ ਇਹ ਲੱਗਦਾ ਕਿ ਇਹ ਤਾਂ ਬੜਾ ਫਰਕ ਪੈ ਗਿਆ ਪਹਿਲੇ ਨਾਲੋਂ, ਇਹ ਤਾਂ ਉਹ ਇਨਸਾਨ ਨਹੀਂ ਰਿਹਾ ਜੀ, ਅਤੇ ਉਹ ਡਿਫਰੈਂਟ ਹੋ ਗਿਆ ਬੰਦਾ, ਉਦੋਂ ਪਛਾਣਨਾ ਸੌਖਾ ਹੋ ਜਾਂਦਾ ਹੈਗਾ। ਇੱਕ ਹੋਰ ਪ੍ਰੋਬਲਮ ਇਹਦੇ 'ਚ ਹੁੰਦੀ ਆ, ਜਿੱਦਾਂ ਮੈਂ ਦੱਸਿਆ ਸੀ ਕਿ ਜਵਾਨੀ ਵੇਲੇ ਲੱਗਦੇ ਨੇ, ਚੜ੍ਹਦੀ ਜਵਾਨੀ ਵੇਲੇ, ਰਾਈਟ, ਉਦੋਂ ਟੀਨੇਜ ਈਅਰਸ ਹੈਗੇ ਨੇ, ਕਈ ਲੋਕ ਸਮਝ ਲੈਂਦੇ ਨੇ ਕਿ ਇਹ ਇਹਦਾ ਇੱਕ ਹਿੱਸਾ ਹੈਗਾ, ਰਿਲੇਟ ਕਰਨੇ ਕਿ ਵੀ ਇਹ ਤਾਂ ਹੋਣਾ ਹੀ ਹੋਣਾ, ਖੇਜਿਆ, ਹਾਂਜੀ ਇਹ ਖੇਜ ਜਿਹੜੀ ਆ ਰਹੀ ਆ, ਟੀਨੇਜਰ ਇੱਦਾਂ ਕਰਦੇ ਨੇ, ਸੋ ਉਸ ਫੇਜ਼ ਵਿੱਚ ਕਈ ਵਾਰੀ ਇਹ ਲੁਕ ਜਾਂਦੇ ਹੈਗੇ ਨੇ, ਜਾਂ ਜਿੱਦਾਂ ਫਰਜ਼ ਕਰੋ ਕਿਸੇ ਨੂੰ ਡਿਪਰੈਸ਼ਨ ਹੈਗਾ, ਉਹਦੀ ਮੈਮਰੀ 'ਚ ਫਰਕ ਪੈ ਰਿਹਾ ਹੈਗਾ, ਉਹਦੀ ਉਮਰ ਓਲਡ ਉਮਰ ਦੀ ਹੈਗਾ ਹੈਗਾ ਬੰਦਾ, ਲੋਕ ਕਹਿੰਦੇ ਨੇ ਕਿ ਨਹੀਂ ਇਸ ਉਮਰ 'ਚ ਮੈਮਰੀ ਘੱਟ ਹੀ ਜਾਂਦੀ ਹੈ, ਪਰ ਹੋ ਸਕਦਾ ਉਹਦੇ ਪਿੱਛੇ ਡਿਪਰੈਸ਼ਨ ਹੋਵੇ, ਡਿਪਰੈਸ਼ਨ ਕਰਕੇ ਇਸ ਤਰ੍ਹਾਂ ਕਰ ਰਿਹਾ ਹੋਵੇ। ਤੀਸਰਾ ਹੈਗਾ ਜਦੋਂ ਕੋਈ ਘਟਨਾ ਹੁੰਦੀ ਆ, ਸਟ੍ਰੈਸ ਆਉਂਦਾ ਹੈਗਾ, ਉਦੋਂ ਅਸੀਂ ਬਿਮਾਰ ਹੋਣਾ ਸ਼ੁਰੂ ਹੁੰਦੇ ਹੈਗੇ ਹਾਂ, ਅਤੇ ਕਈ ਵਾਰੀ ਸੋਚ ਲੈਂਦੇ ਹਾਂ ਕਿ ਨਹੀਂ ਇਹ ਘਟਨਾ ਹੀ ਬੜੀ ਵੱਡੀ ਹੈ, ਉਹਦੇ ਕਰਕੇ ਉਦਾਸੀ ਹੈਗੀ ਆ, ਹੋ ਸਕਦਾ ਡਿਪਰੈਸ਼ਨ ਨਾ ਹੋਵੇ ਜਾਂ ਉਸ ਪਾਸੇ ਨਹੀਂ ਜਾਂਦੇ। ਦੂਸਰਾ, ਸਾਨੂੰ ਮਾਨਸਿਕ ਰੋਗਾਂ ਬਾਰੇ ਅਸੀਂ ਸੋਚਣ ਦੀ ਵੀ ਨਹੀਂ ਕੋਸ਼ਿਸ਼ ਕਰਦੇ, ਡਰਦੇ ਹੈਗੇ, ਪਤਾ ਵੀ ਨਹੀਂ ਹੈਗਾ, ਰਾਈਟ, ਅਸੀਂ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ, ਕਮਿਊਨਿਟੀ ਨੂੰ ਐਜੂਕੇਟ ਕਰਨ ਦਾ ਕਿ ਇਹਨੂੰ ਛੇਤੀ ਪਛਾਣੋ, ਜਿੰਨੀ ਛੇਤੀ ਪਛਾਣੋਗੇ ਉਨਾ ਇਲਾਜ ਵਧੀਆ ਹੋ ਸਕਦਾ ਹੈਗਾ, ਪਰ ਫਿਰ ਵੀ ਪਛਾਣਨਾ ਔਖਾ ਹੈਗਾ, ਖਾਸ ਕਰ ਸਾਡੀ ਕਮਿਊਨਿਟੀ 'ਚ। ਸਾਡੀ ਕਮਿਊਨਿਟੀ 'ਚ ਇੱਕ ਹੋਰ ਬੜੀ ਵੱਡੀ ਸਮੱਸਿਆ ਹੈਗੀ ਆ, ਜਿਹੜੀ ਕਿ ਮੈਂ ਸਮਝਦਾ ਸਾਂ ਕਿ ਪੜ੍ਹਾਈ ਲਿਖਾਈ ਆਉਣ ਨਾਲ, ਇਸ ਕੰਟਰੀ 'ਚ ਲੋਕਾਂ ਨੂੰ ਆਉਣ ਨਾਲ ਇਹ ਸਾਰੀਆਂ ਸਹੂਲਤਾਂ ਫਰੀ ਹੈਗੀਆਂ ਨੇ, ਇਲਾਜ ਫਰੀ ਹੈਗਾ, ਉਹ ਘਟੇਗੀ, ਉਹ ਹੈਗੀ ਆ ਕਿ ਲੋਕ ਇਲਾਜ ਵੱਲ ਨਹੀਂ ਜਾਂਦੇ, ਲੋਕ ਬਾਬਿਆਂ ਵੱਲ, ਲੋਕ ਪੁੱਛਾਂ ਦੇਣ ਵਾਲਿਆਂ ਵੱਲ, ਲੋਕ ਧਾਗੇ ਤਵੀਤ ਕਰਨ ਵਾਲਿਆਂ ਵੱਲ ਕਾਫੀ ਜਾ ਰਿਹਾ ਹੈਗਾ। ਇਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਇੱਕ ਪੂਰਾ ਪ੍ਰੋਗਰਾਮ ਕਰਨਾ ਚਾਹਾਂਗਾ, ਕਿਉਂਕਿ ਜਿਹੜੇ ਇਸ ਨਵਸ 'ਤੇ ਤੁਸੀਂ ਹੱਥ ਰੱਖਿਆ, ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਅਸੀਂ ਬਜਾਏ ਕਿ ਇਲਾਜ ਲੈਂਦੇ ਅਸੀਂ ਇੱਧਰ ਉੱਧਰ ਭੱਜਦੇ ਹਾਂ, ਅਤੇ ਫਿਰ ਬਾਅਦ ਦੇ ਵਿੱਚ ਉਹ ਹੋਰ ਪਰੇਸ਼ਾਨੀ ਵੱਧ ਜਾਂਦੀ ਹੈ, ਬਲਕਿ ਮਰੀਜ਼ ਦੁਖੀ ਹੋ ਰਿਹਾ ਹੁੰਦਾ ਉਹਨਾਂ ਦਾ, ਇਲਾਜ ਲੇਟ ਹੋ ਜਾਂਦਾ ਹੈਗਾ, ਰਾਈਟ, ਅਤੇ ਬੜੇ ਲੋਕਾਂ ਨੂੰ ਠੱਗਿਆ ਜਾ ਰਿਹਾ, ਮਤਲਬ ਵੀ ਪੈਸੇ ਪੱਖ ਤੋਂ ਵੀ ਜਾਂਦੇ ਨੇ, ਅਤੇ ਮਾਨਸਿਕ ਤੌਰ 'ਤੇ ਹੋਰ ਪ੍ਰੋਬਲਮ ਪੈਂਦੀ। ਹੁਣ ਡਾਕਟਰ ਸਾਹਿਬ, ਜਿਹੜੀ ਆਂਕੜਿਆਂ ਦੀ ਮੈਂ ਸ਼ੁਰੂਆਤ 'ਚ ਗੱਲ ਕੀਤੀ, ਥੋੜ੍ਹਾ ਮੈਂ ਚਾਹਾਂਗਾ ਜੇਕਰ ਤੁਹਾਡੇ ਕੋਲ ਕੁਝ ਆਂਕੜੇ ਹੋਣ ਤਾਂ ਸਾਡੇ ਨਾਲ ਸ਼ੇਅਰ ਕਰੋ ਕਿ ਇਹ ਜਿਹੜੀ ਸਮੱਸਿਆ ਹੈਗੀ ਹੈ ਕਮਿਊਨਿਟੀਜ਼ ਦੇ ਵਿੱਚ ਓਵਰਆਲ, ਅਤੇ ਆਪਣੇ ਭਾਈਚਾਰੇ ਨਾਲ ਜਦੋਂ ਅਸੀਂ ਰਿਲੇਟ ਕਰਨੇ, ਕਿੰਨੀ ਕੁ ਤੁਹਾਡੇ ਕੋਲ ਸਟੈਟਿਸਟਿਕਸ ਆਉਂਦੇ ਨੇ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਨਹੀਂ ਇਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣ ਦੀ ਲੋੜ ਹੈਗੀ? ਹਾਂਜੀ, ਜਿਹੜੇ ਸੋਚਣ ਪਰਖਣ ਦੇ ਰੋਗ ਹੈਗੇ ਨੇ ਉਹ ਸਾਰੀ ਦੁਨੀਆ 'ਚ ਸੇਮ ਹੀ ਹੈਗੇ ਨੇ ਜੀ, ਜਿਹੜੇ ਹੈਗੇ ਨੇ, ਓਕੇ, ਜਿਹਨੂੰ ਆਪਾਂ ਸਕਿਜ਼ੋਫਰੀਨੀਆ ਕਹਿੰਦੇ ਹਾਂ, ਇੰਟਰਨੈਸ਼ਨਲ ਲੈਵਲ 'ਤੇ ਰਿਸਰਚ ਹੋਈ ਆ, ਉਹ ਸਾਰੀ ਦੁਨੀਆ 'ਚ 1% ਹੈਗਾ, ਤੋ ਇੱਦਾਂ ਹੀ ਹੈਗਾ, ਭਾਵੇਂ ਉਹ ਇੰਡੀਆ 'ਚ ਵੀ ਸਾਡੇ ਉਹ ਉਹਨਾਂ ਨੇ ਦੇਖਿਆ ਸੀ, ਸਾਰੇ ਕੰਟਰੀਆਂ 'ਚ ਦੇਖਿਆ ਹੈ। ਓਕੇ, ਜਿਹੜੇ ਮੂਡ ਡਿਸਆਰਡਰ ਹੈਗੇ ਨੇ ਉਹਦੇ 'ਚ ਜਿਹੜਾ ਡਿਪਰੈਸ਼ਨ ਹੈਗਾ ਉਹ ਕੋਈ 8-10% ਹੈਗਾ। ਅੱਛਾ ਜੀ, ਇਹ ਵੀ ਸਾਰੇ ਇੱਦਾਂ ਹੀ ਹੈਗਾ, ਠੀਕ ਹੈ। ਕਈ ਵਾਰੀ ਕੁਝ ਕੰਕੜੇ ਸਾਨੂੰ ਕਈ ਵਾਰੀ ਇੰਡੀਆ 'ਚ ਕਈ ਵਾਰੀ ਘੱਟ ਮਿਲਦੇ ਹੈਗੇ ਨੇ, ਪਰ ਉੱਥੇ ਲੋਕਾਂ ਨੂੰ ਪਛਾਣ ਨਹੀਂ ਹੈਗੀ। ਓਕੇ, ਹੈ ਨਾ। ਅੱਛਾ, ਡਿਪਰੈਸ਼ਨ ਦੇ ਵਿੱਚ ਜਿਹੜਾ ਔਰਤਾਂ ਨੂੰ ਹੁੰਦਾ ਹੈ ਡਿਪਰੈਸ਼ਨ, ਉਹ ਬੰਦਿਆਂ ਨਾਲ ਦੂਣਾ ਹੁੰਦਾ ਹੈਗਾ। ਓਕੇ, ਅਤੇ ਅਸੀਂ ਕੁਛ ਇੰਡੀਆ ਦੇ ਵੀ ਸਰਵੇਸ ਦੇਖੇ ਹੈਗੇ ਨੇ, ਉਹਦੇ ਵਿੱਚ ਅਸੀਂ ਅੰਕੜੇ ਲੱਭਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ ਬੰਦਿਆਂ ਨਾਲੋਂ ਡੇਢ ਹੁੰਦਾ ਹੈ। ਓਕੇ, ਰਾਈਟ, ਸੋ ਜ਼ਿਆਦਾ ਹੁੰਦਾ ਹੈ। ਅੱਛਾ ਜੀ, ਐਂਗਜ਼ਾਇਟੀ ਦੇ ਰੋਗ ਸੇਮ ਹੈਗੇ ਨੇ, ਘਬਰਾਹਟ ਦੇ ਰੋਗ ਸੇਮ ਨੰਬਰ ਹੈਗਾ, 8-10% ਲੋਕਾਂ ਨੂੰ ਹੁੰਦੇ, ਬੜਾ ਵੱਡਾ ਨੰਬਰ ਹੈ ਵੀ, ਰਾਈਟ। ਇੱਕ ਜਿਹੜਾ ਫਰਕ ਹੈਗਾ ਉਹ ਹੈਗਾ ਐਡਿਕਸ਼ਨ ਦੇ ਵਿੱਚ। ਓਕੇ, ਐਡਿਕਸ਼ਨ ਦੇ ਵਿੱਚ ਅਸੀਂ BC 'ਚ ਖਾਸ ਕਰ ਇਹ ਦੇਖ ਰਹੇ ਹੈਗੇ ਹਾਂ ਜੀ ਕਿ ਜਿਹੜੀ ਸ਼ਰਾਬ ਦੀ ਜਿਹੜੀ ਐਡਿਕਸ਼ਨ ਹੈਗੀ ਆ, ਅਤੇ ਖਾਸ ਕਰ ਉਹ ਤੋਂ ਜਿਹੜੀਆਂ ਡੈਥਸ ਹੁੰਦੀਆਂ ਹੈਗੀਆਂ ਨੇ ਜੀ, ਉਹ ਬਾਕੀ ਕਮਿਊਨਿਟੀਆਂ ਦੀ ਨਿਸਬਤ ਸਾਡੀ ਕਮਿਊਨਿਟੀ 'ਚ ਕਿਤੇ ਜ਼ਿਆਦਾ ਹੈਗੀਆਂ ਨੇ। ਜਿਹੜੀ BC ਕੋਰਨਰ ਦੀ ਸਰਵਿਸ ਹੈਗੀ ਆ, ਉਹਨਾਂ ਨੇ ਕੋਈ 2003 ਤੋਂ ਲੈ ਕੇ 2008 ਤੱਕ ਅੰਕੜੇ ਇਕੱਠੇ ਕੀਤੇ ਸੀ। ਅੱਛਾ ਜੀ, ਅਤੇ ਉਹਦੇ 'ਚ ਉਹਨਾਂ ਦੇਖਿਆ ਕਿ ਜਿਹੜੇ ਭਾਰਤੀ ਭਾਈਚਾਰੇ ਦੇ ਬੰਦੇ ਹੈਗੇ ਨੇ ਉਹਨਾਂ ਦੀ ਜਿਹੜੀ ਮੌਤ ਹੈਗੀ ਆ ਸ਼ਰਾਬ ਤੋਂ ਜਿਹੜੀ ਹੁੰਦੀ ਆ 45 ਸਾਲ ਤੋਂ ਲੈ ਕੇ 55 ਸਾਲ ਦੇ ਵਿੱਚ, ਬਾਕੀਆਂ ਕਮਿਊਨਿਟੀਆਂ ਨਾਲੋਂ ਕਿਤੇ ਜ਼ਿਆਦਾ ਹੈ।
ਓਕੇ ਸੋ ਸ਼ਰਾਬ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਉਹਨਾਂ ਕਰ ਉਸ ਕਰਕੇ ਜਿਹੜੀਆਂ ਡੈਥ ਹੋ ਰਹੀਆਂ ਨੇ ਉਹ ਵੀ ਬਹੁਤ ਜ਼ਿਆਦਾ ਓਕੇ ਧੰਨਵਾਦ ਇਹ ਅੰਕੜੇ ਦੱਸਣ ਲਈ ਹੁਣ ਗੱਲਬਾਤ ਕਰੀਏ ਮਾਨਸਿਕ ਰੋਗ ਦੀ ਜਿੱਥੇ ਅਸੀਂ ਗੱਲ ਕਰ ਰਹੇ ਸੀ ਡਾਇਗਨੋਸ ਕਿਵੇਂ ਹੁੰਦਾ ਹੈਗਾ ਅਤੇ ਇਸ ਵਾਸਤੇ ਕੀ ਅੱਜ ਇਲਾਜ ਉਪਲਬਧ ਹੈਗੇ ਨੇ ਜੀ ਹਾਂਜੀ ਡਾਇਗਨੋਸ ਇਸ ਤਰ੍ਹਾਂ ਹੁੰਦਾ ਹੈਗਾ ਕਿ ਇਹਦਾ ਕੋਈ ਟੈਸਟ ਨਹੀਂ ਹੁੰਦਾ ਅੱਛਾ ਜੀ ਹਾਂ ਬਲੱਡ ਟੈਸਟ ਹੁੰਦੇ ਨੇ ਸੀ ਟੀ ਸਕੈਨ ਹੁੰਦਾ ਉਹ ਇਸ ਕਰਕੇ ਕੀਤੇ ਜਾਂਦੇ ਨੇ ਕਿ ਦੇਖਿਆ ਜਾਏ ਕੋਈ ਸਰੀਰਕ ਰੋਗ ਤਾਂ ਨਹੀਂ ਹੈਗਾ ਓਕੇ ਸਰੀਰਕ ਰੋਗ ਕਰਕੇ ਤਾਂ ਨਹੀਂ ਹੋ ਰਿਹਾ ਜਿੱਦਾਂ ਕਿਸੇ ਨੂੰ ਥਾਇਰਾਇਡ ਹੈਗਾ ਕਿਸੇ ਨੂੰ ਕੋਈ ਬ੍ਰੇਨ ਟਿਊਮਰ ਹੈਗਾ ਉਹਦੇ ਕਰਕੇ ਵੀ ਲੱਗ ਸਕਦਾ ਕਿ ਬੰਦਾ ਦਿਮਾਗੀ ਤੌਰ 'ਤੇ ਬਿਮਾਰ ਹੈਗਾ ਪਰ ਇਹ ਮਰੀਜ਼ ਨਾਲ ਗੱਲਬਾਤ ਕੀਤੀ ਜਾਂਦੀ ਹੈ ਜੀ ਉਹਨੂੰ ਪੁੱਛਿਆ ਜਾਂਦਾ ਹੈਗਾ ਸਾਈਕੈਟ੍ਰਿਸਟ ਉਹਨੂੰ ਇੱਕ ਘੰਟੇ ਦੀ ਇੰਟਰਵਿਊ ਕਰਦੇ ਨੇ ਉਹਦੇ 'ਚ ਉਹਨੂੰ ਪੁੱਛਦੇ ਨੇ ਕਿ ਤੁਸੀਂ ਕੀ ਫੀਲ ਕਰ ਰਹੇ ਕੀ ਸੋਚ ਰਹੇ ਹੈਗੇ ਜੇ ਕਿਹੋ ਜਿਹੇ ਤੁਹਾਡੇ ਡਰ ਹੈਗੇ ਨੇ ਉਹ ਸਾਰਾ ਕੁਝ ਅਸੀਂ ਪੁੱਛਦੇ ਹੈਗੇ ਰਾਈਟ ਪਰ ਉਹਦੇ ਜਿਹੜੀ ਫੈਮਿਲੀ ਮੈਂਬਰ ਆ ਜਾਂ ਉਹਦੇ ਨਾਲ ਜਿਹੜੇ ਰਹਿ ਰਹੇ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਇੰਟਰਵਿਊ ਕਰਦੇ ਹਾਂ ਕਿਉਂਕਿ ਕੁਝ ਕੇਸਿਸ ਦੇ ਵਿੱਚ ਮਰੀਜ਼ ਨੂੰ ਕੋਈ ਇਨਸਾਈਟ ਨਹੀਂ ਹੁੰਦੀ ਕਿ ਮੈਂ ਬਿਮਾਰ ਹਾਂ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਬਿਮਾਰ ਹਾਂ ਰਾਈਟ ਜਿੱਦਾਂ ਮੂਡ ਦਾ ਇੱਕ ਡਿਸਆਰਡਰ ਦਾ ਇੱਕ ਰੋਗ ਹੈਗਾ ਜਿਹਦੇ 'ਚ ਬੰਦਾ ਥੋੜ੍ਹਾ ਜਿਹਾ ਹਾਈ ਫੀਲ ਕਰਦਾ ਹੈਗਾ ਉਹਨੂੰ ਇਨਸਾਈਟ ਨਹੀਂ ਹੁੰਦੀ ਸੂਝ ਨਹੀਂ ਹੁੰਦੀ ਕਿ ਮੈਂ ਬਿਮਾਰ ਹਾਂ ਰਾਈਟ ਵਹਿਮ ਵਾਲੇ ਨੂੰ ਸੂਝ ਨਹੀਂ ਹੁੰਦੀ ਵਹਿਮ ਵਾਲਾ ਕਹਿੰਦਾ ਨਹੀਂ ਜੀ ਮੇਰੇ ਨਾਲ ਤਾਂ ਇਹ ਹੋ ਰਿਹਾ ਹੈਗਾ ਮੇਰੇ ਨਾਲ ਕੁਛ ਕੀਤਾ ਜਾ ਰਿਹਾ ਸੋ ਅਸੀਂ ਉਹਨਾਂ ਨੂੰ ਵੀ ਪੁੱਛਦੇ ਹੈਗੇ ਹਾਂ ਕਿ ਉਹਦੇ ਫੈਮਿਲੀ ਮੈਂਬਰ ਨੂੰ ਕਿ ਕੀ ਚੇਂਜਸ ਆਈਆਂ ਕਦੋਂ ਆਈਆਂ ਫਿਰ ਇਹ ਸੁਭਾਅ ਬਾਰੇ ਵੀ ਦੇਖਦੇ ਹਾਂ ਕਿ ਜੇ ਇਹਦਾ ਸੁਭਾਅ ਸ਼ੁਰੂ ਤੋਂ ਹੀ ਸ਼ੱਕੀ ਥੋੜ੍ਹਾ ਬਹੁਤਾ ਹੈਗਾ ਤਾਂ ਫਿਰ ਰੋਗ ਨਹੀਂ ਹੈਗਾ ਇਹ ਉਹ ਹੀ ਵਧਿਆ ਹੋਇਆ ਹੈਗਾ ਸੋ ਇੰਟਰਵਿਊ ਕਰਦੇ ਹਾਂ ਪਤਾ ਕਰਦੇ ਹਾਂ ਫਿਰ ਅਸੀਂ ਕਲਾਸੀਫਾਈ ਕਰਦੇ ਹਾਂ ਕਿ ਇਹ ਰੋਗ ਕਿਹੜਾ ਹੈਗਾ ਓਕੇ ਅਤੇ ਇਹਨਾਂ ਰੋਗਾਂ ਦੇ ਇਲਾਜ ਹੈਗੇ ਨੇ ਓਕੇ ਹਾਂ ਜਿੱਦਾਂ ਫਰਜ਼ ਕਰੋ ਕਿ ਸਾਨੂੰ 1952 ਦੇ ਵਿੱਚ ਪਹਿਲੀ ਵਾਰੀ ਸੋਚਣ ਪਰਖਣ ਦਾ ਜਿਹੜਾ ਰੋਗ ਹੈਗਾ ਵਹਿਮ ਦਾ ਜਿਹੜਾ ਰੋਗ ਹੈ ਉਹਦੀ ਦਵਾਈ ਬਣੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਆਪਾਂ ਕਹਿ ਸਕਦੇ ਸਾਂ ਕਿ ਵਹਿਮ ਦਾ ਕੋਈ ਇਲਾਜ ਨਹੀਂ ਪਰ 1952 'ਚ ਦਵਾਈ ਬਣ ਗਈ ਉਸ ਤੋਂ ਬਾਅਦ ਦਵਾਈਆਂ 'ਚੋਂ ਬੜੀ ਇੰਪਰੂਵਮੈਂਟ ਆਈ ਆ ਠੀਕ ਹੈ ਜੀ ਹੁਣ ਕਾਫੀ ਕਿਸਮ ਦੀਆਂ ਦਵਾਈਆਂ ਉਪਲਬਧ ਹੈਗੀਆਂ ਨੇ ਇਸੇ ਤਰ੍ਹਾਂ ਹੀ 1956-57 ਦੇ ਵਿੱਚ ਡਿਪਰੈਸ਼ਨ ਦੀ ਪਹਿਲਾਂ ਵਾਰ ਦਵਾਈ ਬਣੀ ਰਾਈਟ ਉਹ ਹੁਣ ਡਿਪਰੈਸ਼ਨ ਦਾ ਇਲਾਜ ਹੁੰਦਾ ਹੈਗਾ ਪਰ ਇਲਾਜ ਵਿੱਚ ਇਕੱਲੀ ਦਵਾਈਆਂ ਨਹੀਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਰਨੀਆਂ ਪੈਂਦੀਆਂ ਨੇ ਬਹੁਤ ਖੂਬ ਜੀ ਜਿਸ ਬਾਰੇ ਆਉਣ ਵਾਲੇ ਪ੍ਰੋਗਰਾਮਸ ਅਸੀਂ ਵਿਸਥਾਰ ਵਿੱਚ ਇੱਕ ਇੱਕ ਬਿਮਾਰੀ ਨੂੰ ਲੈ ਕੇ ਉਹਦੇ ਕੀ ਟ੍ਰੀਟਮੈਂਟਸ ਨੇ ਅਤੇ ਕਿਸ ਤਰੀਕੇ ਨਾਲ ਅਸੀਂ ਆਪਣਾ ਯੋਗਦਾਨ ਪਾ ਸਕਦੇ ਇਸ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਫੋਰ ਟਾਈਮ ਥੈਂਕ ਯੂ ਜੀ ਅੱਜ ਡਾਕਟਰ ਰਾਜਪਾਲ ਸਿੰਘ ਨੇ ਜੋ ਸਾਡੇ ਨਾਲ ਸਾਂਝ ਪਾਈ ਹੈ ਇਸ ਦੀ ਬੜੀ ਮਹੱਤਤਾ ਹੈ ਅਤੇ ਸਾਡਾ ਵੀ ਇਹ ਮਕਸਦ ਹੈਗਾ ਕਿ ਤੁਹਾਡੇ ਤੱਕ ਇਹ ਸਹੀ ਇਨਫੋਰਮੇਸ਼ਨ ਪਹੁੰਚੇ ਤਾਂ ਕਿ ਅਸੀਂ ਮਾਨਸਿਕ ਰੋਗਾਂ ਬਾਰੇ ਹੋਰ ਚੇਤਨ ਹੋ ਸਕੀਏ ਸਾਡੀ ਨੌਲੇਜ ਵਧੇ ਅਤੇ ਅਸੀਂ ਸਹੀ ਤਰੀਕੇ ਨਾਲ ਇਸ ਦੇ ਡਾਇਗਨੋਸਿਸ ਤੋਂ ਬਾਅਦ ਇਲਾਜ ਵੀ ਕਰਵਾ ਸਕੀਏ ਜੇਕਰ ਤੁਸੀਂ ਡਾਇਰੈਕਟਲੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਮੁਫਤ ਫ੍ਰੀ ਐਡਵਾਈਸ ਲੈਣ ਵਾਸਤੇ ਸੈਟਰਡੇ ਨੂੰ 3 ਤੋਂ ਲੈ ਕੇ 5 ਵਜੇ ਤੱਕ ਤੁਸੀਂ ਇਸ ਸਕਰੀਨ 'ਤੇ ਦਿੱਤੇ ਹੋਏ ਫੋਨ ਨੰਬਰ 'ਤੇ ਫੋਨ ਕਰ ਸਕਦੇ ਹੋ ਜਾਂ ਈਮੇਲ ਜ਼ਰੀਏ ਵੀ ਇਹਨਾਂ ਨਾਲ ਸੰਪਰਕ ਬਣਾ ਸਕਦੇ ਹੋ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਆਸ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਬੈਨੀਫਿਟ ਲੈ ਰਹੇ ਹੋ ਆਪਣੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਪਹੁੰਚਾਉਣਾ